ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੱਲੇਵਾਲ, ਤਹਿਸੀਲ ਅਤੇ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਬਿਲਕੁਲ ਸ਼ਕਰੀ ਪਿੰਡ, ਬਿਲਕੁਲ ਲੱਗ ਗਿਆ ਦੋਸਤੋ 3 ਕਿਲੋਮੀਟਰ ਦੀ ਦੂਰੀ ਸਰਿਆਲੀ ਸ਼ਹਿਰ ਤੋਂ ਆ। ਨਸ਼ਹਿਰਾ ਪੰਨੂਆਂ ਤੋਂ ਦੋਸਤੋ 5 ਤੋਂ 6 ਕਿਲੋਮੀਟਰ ਦੀ ਦੂਰੀ ਆ, ਠੀਕ ਆ ਜੀ। ਜੱਲੇਵਾਲ ਜਿਹੜੀ ਦੋਸਤੋ ਤੁਸੀਂ ਖਾਸ ਵਿਜ਼ਿਟ ਕਰਨੀ ਆ, ਘਰੇਲੂ ਵਹਿੜ ਆ, ਬਿਲਕੁਲ ਘਰ ਦੀ ਵਹਿੜ ਆ ਦੋਸਤੋ। ਸੂਆ ਕਿਨਵਾ ਸੋਨਾ ਪੂਰੀ ਡਿਟੇਲ ਆਪਾਂ ਭਾਅ ਜੀ ਹੁਣਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਦੋਸਤੋ ਫੋਨ ਕਾਲ ਆ ਕੋਈ ਵੀ ਆ ਦੋਸਤੋ, ਕੰਟੈਕਟ ਆ ਜੇ ਸਵੇਰ ਨੇ ਖਰੀਦਣੀ ਆ, ਤੁਸੀਂ ਸੰਪਰਕ ਕਰ ਸਕਦੇ ਹੋ ਦਿੱਤੇ ਹੋਏ ਨੰਬਰਾਂ 'ਤੇ। ਆ ਜਾਓ ਕਰਦੇ ਹਾਂ ਗੱਲਬਾਤ ਦੋਸਤੋ, ਪੁੱਛ ਲੈਂਦੇ ਕੀ ਡਿਟੇਲ ਆ, ਕੀ ਇਨਫੋਰਮੇਸ਼ਨ ਆ ਅੱਜ ਇਸ ਵੈਟ ਦੀ, ਠੀਕ ਆ ਜੀ। ਹਾਂਜੀ, ਸਭ ਤੋਂ ਪਹਿਲਾਂ ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਜੀ। ਹੋਰ ਠੀਕ ਠਾਕ? ਹਾਂਜੀ ਠੀਕ ਠਾਕ। ਇੱਕ ਭਾਅ ਜੀ ਆਪਣਾ ਨਾਮ ਦੱਸ ਦਿਓ ਜੀ। ਨਾਮ ਕੁਲਦੀਪ ਸਿੰਘ ਜੀ। ਕੁਲਦੀਪ ਭਾਅ ਜੀ ਜੱਲੇਵਾਲਾ ਪਿੰਡ ਹੈ ਨਾ? ਹਾਂਜੀ, ਪਿੰਡ ਜੱਲੇਵਾਲ। ਹਾਂਜੀ, ਜੱਲੇਵਾਲ ਪਿੰਡ ਆ। ਹਾਂਜੀ, ਤਹਿਸੀਲ ਤੇ ਆਪਣਾ ਜ਼ਿਲ੍ਹਾ ਤਰਨ ਤਾਰਨ ਸਾਹਿਬ ਆ ਜੀ। ਘਰ ਦੀ ਉਹ ਵਿਹੜ ਹੈ ਭਾਅ ਜੀ? ਹਾਂਜੀ, ਮਤਲਬ ਕਿ ਪਹਿਲਾ ਦੂਜਾ ਸੂਬਾ ਆਪਾਂ ਚੋਇਆ ਹੈ। ਹਾਂਜੀ, ਤੇ ਹੁਣ ਤੀਜੇ ਸੂਬੇ ਸੋਣੀ ਆ। ਤੀਜੇ ਸੂਬੇ ਸੋਣਾ ਜੀ। ਤੇ ਕਿੰਨੇ ਕੁ ਦਿਨ ਦੀ ਹਜੇ ਕੱਚੀ ਆ, ਦਿਨ ਕਿੰਨੇ ਕੁ ਲੈ ਜੂਗਾ ਜੀ? ਇਹ 10 ਤੋਂ 15 ਦਿਨ ਲਊਗੀ ਜੀ। 10 ਤੋਂ 15 ਦਿਨ? ਹਾਂਜੀ। ਤੇ ਪਹਿਲੇ ਸੂਬਿਆਂ ਦੇ ਵਿੱਚ ਮਤਲਬ ਪਹਿਲਾ ਸੂਬਾ ਜਾਂ ਦੂਜੇ ਸੂਬੇ ਦਾ ਦੁੱਧ ਕਿੰਨਾ ਕਰਿਆ ਜੀ ਇਹਦਾ? ਐਰਕੀ ਆਪਾਂ ਜੀ ਇਹਦਾ 17 ਤੋਂ 18 ਲੀਟਰ ਦੁੱਧ ਚੋਇਆ ਵੀ ਜੀ ਦੂਜੇ ਸੂਬੇ ਦੇ ਵਿੱਚ। ਹਾਂਜੀ, ਤੇ ਦੁੱਧ ਤੋਂ ਭੱਜੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਹੁਣ, ਡਰਾਈ ਕੀਤੀ ਨੂੰ ਕਿੰਨਾ ਕੁ ਟਾਈਮ? ਹੁਣ 2 ਮਹੀਨੇ ਹੋ ਗਏ। 2 ਮਹੀਨੇ ਹੋ ਗਏ? ਹਾਂਜੀ। ਹੁਣ 10 ਕੁ ਦਿਨ ਮਤਲਬ ਕਿ ਲਿਖਤੀ ਤੌਰ 'ਤੇ ਲਿਖਿਆ ਪਿਆ ਤੁਹਾਡੇ ਕੋਲ? ਹਾਂਜੀ ਹਾਂਜੀ, ਲਿਖਿਆ ਪਿਆ ਜੀ 10 ਦਿਨ। ਇਹ 11 ਤਰੀਕ ਨੂੰ ਦਿਨ ਪੂਰੇ ਹੋਣੇ ਆ ਜੀ, 11 ਜੂਨ ਨੂੰ। ਹਾਂਜੀ ਠੀਕ ਹੈ। 11 ਦਿਨ ਜਿਹੜੇ ਦੋਸਤੋ ਹਜੇ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ। ਬਾਕੀ ਵੈੜ ਤੁਸੀਂ ਵੇਖੋਗੇ ਜਿਵੇਂ ਆਪਾਂ ਜਰਸੀ ਵੇਖਦੇ ਹਾਂ ਦੋਸਤੋ, ਜਰਸੀ ਅੰਗ ਦੇ ਵਿੱਚ ਆ, ਠੀਕ ਹੈ। ਅਤੇ ਲੇਵਾ ਲੂਆ ਕਾਫੀ ਮਾਰੂਗੀ, ਖੁੱਲ੍ਹਾ ਆਰਡਰ ਬਣਾਵੇਗੀ, ਹਵਾਲਾ ਉਹਨਾਂ ਦਾ ਜੇ ਕਾਫੀ ਖੁੱਲ੍ਹਾ ਬਣਾਉਂਗੀ। ਹਾਂਜੀ ਹਾਂਜੀ ਬਣਾਉਂਗੀ। ਹਾਂ ਠੀਕ ਹੈ ਜੀ। ਅਤੇ ਆਹ ਜਿਹੜੀ ਦੋਸਤੋ ਆਰਡਰ ਦੀ ਕੁਆਲਿਟੀ ਆ, ਆਹ ਤੁਹਾਨੂੰ ਮੈਂ ਬਿਲਕੁਲ ਨਜ਼ਦੀਕ ਤੋਂ ਦਿਖਾਉਣਾ। ਆਹ ਜਿਹੜਾ ਦੋਸਤੋ ਹਵਾਲਾ ਹੈ, ਠੀਕ ਹੈ। ਥਾਂ ਤੁਹਾਨੂੰ ਵੇਖੋਗੇ ਤੁਸੀਂ ਕਾਫੀ ਖੂਬਸੂਰਤ ਥਾਣਾ, 4 ਥਾਣਾ ਵਿੱਥ ਵਿਰਲ ਬਿਲਕੁਲ ਤੁਹਾਡੇ ਸਾਹਮਣੇ ਆ, ਅਗਲੇ ਪਿਛਲੇ ਥਾਣਾਂ ਦਾ ਗੈਪ ਅਤੇ ਸੱਜੇ ਖੱਬੇ ਪਾਸੇ ਬਹਿਣੀ ਦਾ ਜਿਹੜਾ ਦੋਸਤੋ ਗੈਪ ਆ, ਉਹ ਤੁਸੀਂ ਆ ਜਿਹੜਾ ਅਕਾਊਂਟ ਕਰ ਸਕਦੇ ਹੋ, ਠੀਕ ਆ। ਅਤੇ ਥਾਂ ਤੁਹਾਨੂੰ ਬਿਲਕੁਲ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਥਾਣ ਲੱਗਾ ਬੈਠ ਦੇ। ਅਤੇ ਤੀਜਾ ਸੂਬਾ ਸੋਣਾ, ਠੀਕ ਆ। 10 ਤੋਂ 11 ਕੁ ਦਿਨ ਦਾ ਹਜੇ ਸਮਾਂ ਬਾਕੀ ਆ ਸੋਣ ਦੇ ਵਿੱਚ। ਖੋਲ੍ਹ ਕੇ ਦਿਖਾ ਦਈਏ ਜੀ। ਤੀਜਾ ਸੂਬਾ ਦੋਸਤੋ ਦੂਜੇ ਸੂਬੇ ਦੇ ਵਿੱਚ 17 ਕੁ ਲੀਟਰ ਦੀ ਜਿਹੜੀ ਮਿਲਕਿੰਗ ਆ ਇਸ ਦੀ ਰਹੀ ਆ, ਠੀਕ ਆ। 17 ਲੀਟਰ ਚਵਾਈ ਜਿਹੜੀ ਇਸ ਵੈੜ ਨੇ ਕਰਵਾਈ ਆ ਦੂਜੇ ਸੂਬੇ ਦੇ ਵਿੱਚ। ਅਤੇ ਪਹਿਲੇ ਸੂਬੇ ਵੀ ਭਾਅ ਜੀ ਕੁਲਦੀਪ ਸਿੰਘ ਹੋਣਾ ਦੇ ਕੋਲ ਹੀ ਸੀਗੀ ਇਹ ਵੈੜ, ਫਿਲਹਾਲ ਹੁਣ ਤੀਜਾ ਸੂਬਾ ਸੋਣਾ। ਸੋ ਪਸੰਦ ਆਊਗੀ ਤੁਹਾਨੂੰ। ਬਾਕੀ ਆਰਡਰ ਦੀ ਕੁਆਲਿਟੀ ਦੋਸਤੋ ਹਜੇ 10 ਦਿਨ ਜਿੱਦਾਂ ਬਾਕੀ ਆ ਸੋਣ ਦੇ ਵਿੱਚ। ਠੀਕ ਹੈ ਜੀ, 2 ਕੁ ਮਹੀਨੇ ਬਾਕੀ ਡਰਾਈ ਜਿਹੜਾ ਦੋਸਤੋ 2 ਕੁ ਮਹੀਨੇ ਪਹਿਲਾਂ ਕਰ ਦਿੱਤਾ ਸੀਗਾ, ਠੀਕ ਆ। ਕਿਉਂਕਿ 2 ਤੋਂ 2.5-3 ਮਹੀਨੇ ਵੈਸੇ ਨੋਰਮਲੀ ਆਪਾਂ ਪਸ਼ੂ ਨੂੰ ਡਰਾਈ ਜਿਹੜਾ ਕਰ ਦਿੰਦੇ ਹਾਂ। ਅਤੇ ਬਾਕੀ ਆਹ ਫੇਸ ਕੁਆਲਿਟੀ ਹੈ ਜੀ, ਮੂੰਹ ਮੱਥਾ ਜਿਹੜਾ ਤੁਸੀਂ ਆਹ ਦੇਖ ਸਕਦੇ ਹੋ, ਠੀਕ ਹੈ। ਆਹ ਉਲਟ ਬਹਿਣੀ ਵਾਲੇ ਪਾਸਾ ਜੀ, ਠੀਕ ਆ। ਉਲਟ ਬਹਿਣੀ ਵਾਲੇ ਪਾਸੇ ਤੋਂ ਉਲਟ ਪਾਸੇ ਤੋਂ ਜਿਹੜੇ ਆ ਥਣ ਥੁਣ ਇਹ ਵੇਖ ਲਓ, ਬਿਲਕੁਲ ਹੱਥੀ ਚਵਾਈ ਵਾਲਾ ਥਣ ਲੱਗਾ ਵੀ ਦੋਸਤੋ, ਨੋ ਡਾਊਟ ਵੀ ਕੋਈ ਇਹ ਨਹੀਂ ਵੀ ਛੋਟਾ ਜਿਹਾ ਥਣ। ਬਾਕੀ ਫੇਸ ਕੁਆਲਿਟੀ ਚੰਗੀ ਆ, ਸੂਬਾ ਤੀਜਾ ਸੋਨਾ, ਠੀਕ ਆ। ਬਾਕੀ ਰੇਟ ਭਾਅ ਪੜਤਾ
ਪੁੱਛ ਲੈਂਦੇ ਆਪਾਂ ਭਾਅ ਜੀ ਕੁਲਦੀਪ ਸਿੰਘ ਹੋਰਾਂ ਤੋਂ। ਸੋ ਭਾਅ ਜੀ ਕੁਲਦੀਪ ਸਿੰਘ ਜੀ, ਮੁੱਲ ਕਿੰਨਾ, ਡਿਮਾਂਡ ਕਿੰਨੀ ਕੁ? ਆਪਾਂ ਵੀਰ ਜੀ ਰੇਟ 'ਤੇ ਕਰਦੇ ਹਾਂ 55,000। ਹਾਂਜੀ, ਅਤੇ 50,000 ਦੀ ਦੇਣਾ। 50,000 ਦੀ? ਹਾਂਜੀ, ਮੁੱਲ 55,000। ਹਾਂਜੀ, ਠੀਕ ਆ। ਅਤੇ ਸੰਪਰਕ ਨੰਬਰ ਆਪਣੇ ਕੀ ਹੈ ਜੀ? ਆਪਣਾ ਹੈਗਾ 78140। ਹਾਂਜੀ, 69402। ਠੀਕ ਹੈ ਜੀ। ਹਾਂਜੀ, ਸੋ ਦੋਸਤੋ ਇਹ ਸਨ ਭਾਅ ਜੀ ਕੁਲਦੀਪ ਸਿੰਘ, ਅਤੇ ਸੰਪਰਕ ਨੰਬਰ ਆਪਾਂ ਹਰ ਵਾਰ ਦੀ ਤਰ੍ਹਾਂ ਓਨਰ ਦੇ ਮਾਲਕ ਦੇ ਬਿਲਕੁਲ ਥੱਲੇ ਚੱਲਦੇ ਕਰ ਦਈਦੇ ਆ ਨੰਬਰਾਂ 'ਤੇ, ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ। ਠੀਕ ਆ, 17 ਲੀਟਰ ਮੈਂ ਕੋਈ ਫਿਰ ਕਨਫਰਮ ਕਰਾ ਦਾਂ, ਦੂਜੇ ਸੂਬੇ ਦੇ ਵਿੱਚ 17 ਲੀਟਰ ਦੀ ਮਿਲਕਿੰਗ ਰਹੀ ਆ। ਬਾਕੀ ਜਿਹੜਾ ਕੋਈ ਵੀਰ ਅੱਗੇ ਚੰਗੀ ਸੇਵਾ ਕਰ ਲੂਗਾ ਦੁੱਧ, ਦੋਸਤੋ 18 ਤੋਂ ਪਲੱਸ ਵੀ 20 ਦੇ ਏੜ ਗੇੜ ਵੀ ਜਿਹੜੀ ਇਹ ਵੈੜ ਭਰ ਦੂਗੀ। ਵੀ ਵੇਣ ਵੂਣ ਤੁਸੀਂ ਵੇਖੋਗੇ ਕਾਫੀ ਮੋਟੀਆਂ ਵੇਣ ਆ ਜਿਹੜੀਆਂ ਦੋਸਤੋ ਹਵਾਨੇ 'ਤੇ ਨਜ਼ਰ ਆ ਰਹੀਆਂ ਹੋਣਗੀਆਂ ਤੁਹਾਨੂੰ, ਅਤੇ ਆਹ ਕੁਆਲਿਟੀ ਹੈ ਬਿਲਕੁਲ ਵੈੜ ਦੀ। ਠੀਕ ਆ ਜੀ, ਸੋ ਹੈ ਭਾਰੀ ਵਜਨ ਵੱਟੇ ਵਾਲੀ ਆ ਪੂਰੀ। ਠੀਕ ਆ, ਪੇਟ ਪਾਸਿਓਂ ਵੇਖੋਗੇ, ਸਰੀਰਕ ਬਣਤਰ ਵੇਖੋਗੇ ਤਾਂ ਪੂਰੀ ਭਾਰੀ ਹੈ ਵੈੜ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।